ਸ੍ਰੀ ਅਨੰਦਪੁਰ ਸਾਹਿਬ ਦੀ ਪਾਕ ਸਰਜ਼ਮੀਨ ਨੂੰ ਪਹਾੜੀਆਂ ਅਤੇ ਸੂਬਿਆਂ ਨੇ ਆ ਕੇ ਘੇਰਾ ਪਾ ਲਿਆ ਅਤੇ ਕਿਹੜੇ ਕਿਹੜੇ ਪਹਾੜੀ ਰਾਜੇ ਉੱਥੇ ਆ ਪਹੁੰਚੇ ਨੇ। ਸਭ ਤੋਂ ਪਹਿਲਾਂ ਭੀਮ ਚੰਦ ਕਹਿਲੂਰੀਆ ਕ੍ਰੋਧ ਦੇ ਵਿੱਚ ਆ ਕੇ ਆਪਣੀ ਸੈਨਾ ਲੈ ਕੇ ਆ ਗਿਆ। ਹੰਡੂਰੀਆ ਰਾਜਾ ਵੀ ਆ ਪਹੁੰਚ ਗਿਆ। ਘਮੰਡ ਚੰਦ ਬੀਰ ਸਿੰਘ ਜਸਪਾਲੀ ਵੀ ਸੈਨਾ ਦੇ ਨਾਲ ਚੜ੍ਹਾਈ ਕਰਕੇ ਆ ਗਿਆ। ਕੁੱਲੂ ਅਤੇ ਕੈਂਠਲ ਦੇ ਰਾਜੇ ਵੀ ਆ ਪਹੁੰਚੇ ਨੇ। ਜੰਮੂ ਅਤੇ ਨੂਰਪੁਰੀਏ ਹਰੀਪੁਰ ਦੇ ਰਾਜੇ ਵੀ ਆਪਣੀ ਸੈਨਾ ਲੈ ਕੇ ਆ ਪਹੁੰਚ ਗਏ ਨੇ। ਚੰਬਿਆਲ ਅਤੇ ਮਦੂਨੀ ਦੇ ਰਾਜੇ ਵੀ ਆ ਗਏ ਨੇ। ਗਵਾਲੀਅਰ ਅਤੇ ਸ਼੍ਰੀਨਗਰ ਦੀ ਸੈਨਾ ਵੀ ਆ ਪਹੁੰਚ ਗਈ ਹੈ। ਗੁੱਜਰ ਰੰਗੜ ਗਵਾਰ ਪਹਾੜੀ ਪ੍ਰਜਾ ਦੇ ਨਾਲ ਰਲ ਗਏ ਨੇ ਅਤੇ ਇਸ ਤਰ੍ਹਾਂ ਇਹਨਾਂ ਦੇ ਨਾਲ ਲਾਹੌਰ ਦਾ ਸੂਬਾ ਜ਼ਬਰਦਸਤ ਖਾਂ ਅਤੇ ਸਰਹੰਦ ਦਾ ਸੂਬਾ ਵਜੀਦ ਖਾਂ ਵੀ ਪਹੁੰਚ ਗਿਆ ਅਤੇ ਸ਼ਾਹੀ ਫੌਜ ਔਰੰਗਜ਼ੇਬ ਦੀ ਵੀ ਆ ਗਈ ਹੈ। ਮਾਨੋ ਇਹ ਸਮੁੰਦਰ ਵਾਂਗ ਦੁਸ਼ਟਾਂ ਦਾ ਇਕੱਠ ਹੋ ਗਿਆ ਸ੍ਰੀ ਅਨੰਦਪੁਰ ਸਾਹਿਬ ਦੀ ਪਾਕ ਸਰਜ਼ਮੀ 'ਤੇ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਅਤੇ ਜਦ ਖਾਲਸੇ ਨੂੰ ਪਤਾ ਚੱਲਿਆ ਜੂਝਬੋ ਕਾਮ ਹੈ ਛਤਰਨ ਕੋ ਕਛੂ ਜੋਗਣ ਕੋ ਨਹੀਂ ਕਾਮ ਲੜਾਈ, ਇੱਥੇ ਹੁਣ ਜੰਗ ਦੇ ਮੈਦਾਨ ਦੇ ਵਿੱਚ ਜੂਝਣਾ ਛਤਰੀਆਂ ਦਾ ਕੰਮ ਹੈ, ਜੋਗੀਆਂ ਦਾ ਕੰਮ ਨਹੀਂ ਹੈ। ਹੁਣ ਖਾਲਸੇ ਨੂੰ ਚਾਅ ਚੜ ਗਿਆ ਕਿ ਦੁਸ਼ਟਾਂ ਨੂੰ ਝਟਕਾਵਾਂਗੇ, ਹਨੇਰੇ ਦਾ ਜਿਹੜਾ ਬੋਲਬਾਲਾ ਹੋਇਆ ਉਹਨੂੰ ਖਤਮ ਕਰਕੇ ਰੋਸ਼ਨੀ ਦਾ ਪ੍ਰਕਾਸ਼ ਕਰਾਂਗੇ, ਜਿਹੜੀ ਸੱਚ ਦੀ ਰੋਸ਼ਨੀ ਗੁਰੂ ਨਾਨਕ ਦੀ ਜੋਤ ਨੇ ਜਲਾਈ ਹੈ। ਅਤੇ ਜਦ ਇੰਨੀ ਗੱਲ ਹੋਈ ਹੈ ਅਤੇ ਲਾਹੌਰ ਸ਼ਹਿਰ ਤੋਂ ਲਾਹੌਰ ਦੀ ਸੰਗਤ ਨੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਚਿੱਠੀ ਲਿਖੀ ਹੈ। ਕਲਗੀਆਂ ਵਾਲੇ ਪਾਤਸ਼ਾਹ ਨੂੰ ਚਿੱਠੀ ਲਿਖਦੇ ਆ ਲਾਹੌਰ ਦੀ ਸੰਗਤ ਕਿ ਮਹਾਰਾਜ ਜ਼ਬਰਦਸਤ ਖਾਂ ਬੜਾ ਹੀ ਸੂਰਬੀਰ ਬਹਾਦਰ ਯੋਧਾ, ਜਿਹਦੇ ਕੋਲ ਹਜ਼ਾਰਾਂ ਦੇ ਕਰੀਬ ਤੋਪਾਂ ਨੇ, ਘੋੜਸਵਾਰ ਨੇ, ਬੜੀ ਬੜੀ ਸੂਰਬੀਰ ਬਹਾਦਰ ਸੈਨਾ ਹੈ ਅਤੇ ਇਹ ਹੁਣ ਤੁਹਾਡੇ ਵੱਲ ਆ ਗਿਆ। ਉਹਦੀਆਂ ਥੋੜ੍ਹੀਆਂ ਬਹੁਤੀਆਂ ਕਮਜ਼ੋਰੀਆਂ ਵੀ ਦੱਸ ਦਿੱਤੀਆਂ। ਜਦ ਕਲਗੀਧਰ ਪਾਤਸ਼ਾਹ ਨੂੰ ਇੰਨੀ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਮਹਾਰਾਜ ਨੇ ਤਖ਼ਤ ਤੋਂ ਖਾਲਸੇ ਨੂੰ ਵੰਗਾਰਿਆ ਅਤੇ ਖਾਲਸੇ ਨੂੰ ਇੱਕੋ ਗੱਲ ਆਖੀ ਹੈ ਕਿ ਅੱਜ ਕੰਮ ਹੈ, ਅੱਜ ਜਿਹੜਾ ਇਸ ਜੰਗ ਦੇ ਵਿੱਚ ਜੂਝ ਜਾਵੇਗਾ ਉਹਦਾ ਜਨਮ ਮਰਨ ਅਤੇ ਲੋਕ ਪਰਲੋਕ ਸਵਾਰ ਦਿੱਤਾ ਜਾਵੇਗਾ। ਉਹ ਇਸ ਮੁੜ ਕੇ ਇਸ ਦੁਨੀਆ ਦੇ ਵਿੱਚ ਨਹੀਂ ਆਏਗਾ। ਅੱਜ ਖਾਲਸੇ ਦੇ ਡੋਲੇ ਫੜਕ ਰਹੇ ਨੇ, ਸਿੰਘਾਂ ਦੇ ਡੋਲੇ ਫੜਕ ਰਹੇ ਨੇ ਮਹਾਰਾਜ ਦੀ ਇੰਨੀ ਗੱਲ ਸੁਣ ਕੇ। ਅੱਜ ਮਹਾਂਭਾਰਤ ਦਾ ਯੁੱਧ ਦੁਹਰਾਉਣ ਲੱਗੇ ਨੇ ਕਲਗੀਆਂ ਵਾਲੇ ਪਾਤਸ਼ਾਹ। ਸ਼੍ਰੀ ਕ੍ਰਿਸ਼ਨ ਨੇ ਜਿਵੇਂ ਉਪਦੇਸ਼ ਦਿੱਤਾ ਸੀ ਸ਼੍ਰੀ ਅਰਜਨ ਨੂੰ ਕਿ ਅਰਜਨ ਇਹ ਨਹੀਂ ਵੇਖਣਾ ਕਿ ਸਾਹਮਣੇ ਤੇਰੇ ਸਕੇ ਸੰਬੰਧੀ ਨੇ, ਬਸ ਤੂੰ ਇਹ ਵੇਖਣਾ ਕਿ ਇਹ ਧਰਤੀ ਦੇ ਉੱਤੇ ਨਿਕਲੇ ਹੋਏ ਦੁਸ਼ਟ ਨੇ ਜਿਨ੍ਹਾਂ ਨੂੰ ਅੱਜ ਝਟਕਾਉਣਾ ਹੈ। ਅਤੇ ਜਿਹੜਾ ਵੀ ਅੱਜ ਸੂਰਮਾ ਸਿੰਘ ਸੂਰਮਾ ਇੱਥੇ ਸ਼ਹਾਦਤਾਂ ਦਾ ਜਾਮ ਪੀਏਗਾ ਉਹ ਸਦਾ ਲਈ ਅਮਰ ਹੋ ਜਾਏਗਾ, ਉਹ ਸਵਰਗਾਂ ਦਾ ਪਾਤਰ ਹੋਏਗਾ। ਅਤੇ ਕਲਗੀਆਂ ਵਾਲੇ ਪਾਤਸ਼ਾਹ ਇਸ ਤਰ੍ਹਾਂ ਹੁਣ ਤਿਆਰੀ ਕਰਾ ਰਹੇ ਨੇ। ਉੱਧਰੋਂ ਪਹਾੜੀ ਰਾਜੇ ਵੀ ਤਿਆਰੀ ਕਰਕੇ ਆ ਗਏ ਨੇ, ਸੂਬੇ ਵੀ ਚੜ੍ਹ ਕੇ ਆ ਗਏ ਨੇ, ਦੋਵਾਂ ਪਾਸਿਆਂ ਤੋਂ ਤਿਆਰੀ ਹੋ ਰਹੀ ਹੈ। ਅਤੇ ਉੱਥੇ ਮਹਾਰਾਜ ਇਹ ਵੀ ਗੱਲ ਕਹਿ ਦਿੰਦੇ ਹੈ ਕਿ ਵੀ ਸੁੱਤਿਆਂ ਹੀ ਸੌ ਜਾਣਾ ਉਹ ਕੋਈ ਮਰਨ ਥੋੜ੍ਹੀ ਹੈ, ਉਹ ਕੋਈ ਜ਼ਿੰਦਗੀ ਥੋੜ੍ਹੀ ਹੈ। ਕਿਸੇ ਬਿਮਾਰੀ ਦੇ ਨਾਲ ਮਰ ਜਾਣਾ, ਐਕਸੀਡੈਂਟ ਦੇ ਨਾਲ ਮਰ ਜਾਣਾ ਹੈ ਨਾ, ਉਹ ਕੋਈ ਸੂਰਮਤਾਈ ਨਹੀਂ ਹੈ। ਮਰਨਾ ਜਿਹੜਾ ਇੱਕੋ ਵਾਰੀ ਮਰਨਾ ਹੈ ਕਿ ਦੁਬਾਰਾ ਜਨਮ ਚਣਾ ਆਇਆ ਜਾਵੇ। ਅਤੇ ਉੱਥੇ ਫਿਰ ਜਨਮ ਮਰਨ ਹੁਣ ਮਹਾਰਾਜ ਕੱਟਣ ਲੱਗੇ ਆ। ਜਿਹੜੇ ਜਿਹੜੇ ਵੀ ਉੱਥੇ ਸੂਰਬੀਰ ਬਹਾਦਰ ਯੋਧੇ ਜੂਝਣਗੇ ਉਹ ਜਨਮ ਮਰਨ ਦੀ ਪਦਵੀ ਤੋਂ ਉੱਪਰ ਹੋ ਜਾਣਗੇ, ਅਮਰ ਹੋ ਜਾਣਗੇ, ਜੋ ਸ਼ਹੀਦ ਸਿੰਘ ਕਹਿਲਾਉਣਗੇ।
ਅਤੇ ਜੂਝਬੋ ਕਾਮ ਹੈ ਛੱਤਰਨ ਕੋ ਕਛੁ ਜੋਗਣ ਕੋ ਨਹੀਂ ਕਾਮ ਲੜਾਈ। ਅੱਜ ਹੁਣ ਛੱਤਰੀ ਜੂਝਣ ਲੱਗੇ ਨੇ ਅਤੇ ਜੋਗੀ ਭੱਜਣ ਲੱਗੇ ਨੇ, ਜੋਗੀਆਂ ਦਾ ਕੰਮ ਨਹੀਂ ਆ ਹੁਣ, ਉੱਥੇ ਸੂਰਬੀਰ ਬਹਾਦਰ ਯੋਧਿਆਂ ਦਾ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ ਸਰਜ਼ਮੀਂ 'ਤੇ। ਅੱਜ ਖਾਲਸਾ ਜੂਝਣ ਲੱਗਾ ਅਤੇ ਅੱਜ ਤੁਹਾਡੇ ਅੱਗੇ ਅਰਜ਼ ਕੀਤੀ ਹੈ, ਜਿਸ ਤਰ੍ਹਾਂ ਕਵੀ ਸੰਦੋਖ ਸਿੰਘ ਜੀ ਨੇ ਰਾਜਿਆਂ ਦੇ ਨਾਂ ਲਿਖੇ ਸੀ, ਮੈਂ ਤੁਹਾਨੂੰ ਦੱਸ ਚੁੱਕਾ ਅਤੇ ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਕੱਲ੍ਹ ਨੂੰ ਜੰਗ ਆਰੰਭ ਹੋਏਗੀ, 3 ਦਿਨ ਲਗਾਤਾਰ ਜੰਗ ਚੱਲੀ ਹੈ, ਉਸ ਤੋਂ ਬਾਅਦ ਅੰਦਰ ਹੀ ਰਹੇ ਨੇ ਮਹਾਰਾਜ, ਬਾਹਰ ਤਾਂ 3 ਦਿਨ ਜੰਗ ਹੋਈ ਹੈ ਅਤੇ ਜੰਗ ਤਾਂ ਚਲੋ ਕਾਫੀ ਦਿਨ ਚੱਲਦੀ ਰਹੀ ਹੈ, ਪਰ 3 ਦਿਨ ਜੰਗ ਬੜੀ ਭਾਰੀ ਹੋਈ ਆ ਉੱਥੇ ਸ੍ਰੀ ਅਨੰਦਪੁਰ ਸਾਹਿਬ ਦੀ ਸਰਜ਼ਮੀਂ 'ਤੇ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਮੁਆਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।